ਤਾਂ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁੱਤ ਅਤੇ ਨੂੰਹ BJP ਦੇ ਵਿੱਚ ਸ਼ਾਮਿਲ ਹੋ ਗਏ ਨੇ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਸਿਕੰਦਰ ਸਿੰਘ ਮਲੂਕਾ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਅਕਾਲੀ ਦਲ ਦੇ ਵੱਲੋਂ ਸਿਕੰਦਰ ਸਿੰਘ ਮਲੂਕਾ ਦੀਆਂ ਜ਼ਿੰਮੇਵਾਰੀਆਂ ਵਾਪਸ ਲੈ ਲਈਆਂ ਗਈਆਂ ਨੇ ਅਤੇ ਹੁਣ ਉਹਨਾਂ ਦੀ ਥਾਂ ਉੱਤੇ ਜਨਮੇਜਾ ਸਿੰਘ ਸੇਖੋਂ ਨੂੰ ਹਲਕਾ ਮੌੜ ਮੰਡੀ ਦਾ ਇੰਚਾਰਜ ਬਣਾਇਆ ਗਿਆ ਹੈ। ਹਾਲਾਂਕਿ ਜਨਮੇਜਾ ਸਿੰਘ ਸੇਖੋਂ ਵੱਲੋਂ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਉਹ MLA ਦੀ ਚੋਣ ਹਲਕਾ ਜੀਰਾ ਤੋਂ ਹੀ ਲੜਨਗੇ। ਉਹਨਾਂ ਕੋਲ ਮੌੜ ਮੰਡੀ ਹਲਕੇ ਦਾ ਵਾਧੂ ਚਾਰਜ ਆ ਜਿਹੜਾ ਉਹ ਜ਼ਰੂਰ ਆਇਆ ਹੈ। ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਦਾ ਵੀ ਵੱਡਾ ਬਿਆਨ ਇਹਨਾਂ ਸਾਰਿਆਂ ਮਾਮਲਿਆਂ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ। ਤਾਂ ਆਪਣੇ ਨੂੰਹ ਅਤੇ ਪੁੱਤ ਦੇ BJP ਵਿੱਚ ਜਾਣ ਬਾਰੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਹਲਕਾ ਇੰਚਾਰਜ ਦਾ ਅਹੁਦਾ ਜਿਹੜਾ ਉਹ ਖੁੱਸ ਜਾਣ 'ਤੇ ਵੀ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ। ਨੂੰਹ ਅਤੇ ਪੁੱਤ ਦੇ BJP ਵਿੱਚ ਜਾਣ ਬਾਰੇ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਮੈਂ ਰੋਕਿਆ ਸੀ ਕਿ ਨਾ ਜਾਓ, ਪਰ ਬੱਚਿਆਂ ਦੀ ਮਰਜ਼ੀ ਹੈ। ਨਾਲ ਹੀ BJP ਵੱਲੋਂ ਉਹਨਾਂ ਦੀ ਨੂੰਹ ਨੂੰ ਟਿਕਟ ਦੇਣ ਬਾਰੇ ਉਹਨਾਂ ਨੇ ਕਿਹਾ ਕਿ ਜਦੋਂ ਟਿਕਟ ਦਿੱਤੀ ਜਾਵੇਗੀ ਉਦੋਂ ਦੇਖਿਆ ਜਾਵੇਗਾ। ਤਾਂ ਸਿਕੰਦਰ ਸਿੰਘ ਮਲੂਕਾ ਦੀ ਥਾਂ ਉੱਤੇ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਮੰਡੀ ਹਲਕੇ ਦਾ ਇੰਚਾਰਜ ਲਗਾਉਣ ਉੱਤੇ ਮਲੂਕਾ ਨੇ ਕਿਹਾ ਕਿ ਇਹ ਪਾਰਟੀ ਪ੍ਰਧਾਨ ਦਾ ਅਧਿਕਾਰ ਹੈ, ਉਹ ਇਹ ਸਾਰਾ ਕੁਝ ਕਰ ਸਕਦੇ ਹਨ। ਨਾਲ ਹੀ ਉਹ ਇਹ ਕਹਿੰਦੇ ਵੀ ਨਜ਼ਰ ਆਏ ਕਿ ਸੱਚੇ ਪਾਤਸ਼ਾਹ ਕੋਈ ਪ੍ਰੋਬਲਮ ਖੜੀ ਨਾ ਕਰੇ, ਕੋਈ ਪ੍ਰੋਬਲਮ ਨਹੀਂ ਹੋ ਸਕਦੀ। ਤਾਂ ਇੱਕ ਤੰਜ ਵੀ ਆ ਜਿਹੜਾ ਉਹਨਾਂ ਵੱਲੋਂ ਕਸਿਆ ਗਿਆ ਹੈ। ਨਾਲ ਹੀ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ BJP ਵਿੱਚ ਜਾਣ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਵਿੱਚ ਹਾਂ, ਜਦੋਂ ਮੈਂ BJP ਵਿੱਚ ਜਾਵਾਂਗਾ ਉਦੋਂ ਮੇਰੇ ਤੋਂ ਇਹ ਸਵਾਲ ਆ ਜਿਹੜਾ ਉਹ ਕੀਤਾ ਜਾਵੇ। ਤਾਂ ਹੁਣ ਦੇਖਣਾ ਹੋਵੇਗਾ ਕਿ ਪਾਰਟੀ ਜਿਸ ਪ੍ਰਕਾਰ ਦਾ ਵਤੀਰਾ ਹੈ ਜਿਹੜਾ ਉਹ ਸਿਕੰਦਰ ਸਿੰਘ ਮਲੂਕਾ ਨਾਲ ਕਰ ਰਹੀ ਹੈ, ਕਿ ਉਹ ਪਾਰਟੀ ਦੇ ਵਿੱਚ ਹੀ ਬਣੇ ਰਹਿੰਦੇ ਨੇ ਜਾਂ ਫਿਰ ਉਹ ਵੀ ਆਪਣੇ ਨੂੰਹ ਅਤੇ ਪੁੱਤ ਵਾਂਗ ਅਕਾਲੀ ਦਲ ਨੂੰ ਅਲਵਿਦਾ ਆਖ ਜਾਂਦੇ ਨੇ। ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ, ਆਓ ਦੇਖਦੇ ਹਾਂ। ਅਸੀਂ ਉਹਦਾ ਮੱਥਾ ਟਿਕਾਉਣਾ ਹੈ। ਤੁਸੀਂ ਸਾਰੇ ਖੜ੍ਹੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਗੁਰੂ ਦੇ ਦਰਸ਼ਨ ਹੋ ਗਏ, ਸੰਗਤ ਦੇ ਦਰਸ਼ਨ ਹੋ ਗਏ। ਐਡੀ ਵੱਡੀ ਪ੍ਰੈਸ ਹੈ ਜਿਹੜੀ, ਤੀਜੀ ਅੱਖ ਹੈ ਮੀਡੀਆ ਦੀ, ਉਹ ਵੀ ਸਮਝ ਲਾ, ਉਹਦੇ ਵੀ ਦਰਸ਼ਨ ਹੋ ਗਏ। ਬਹੁਤ ਧੰਨਵਾਦ। ਹੋਰ ਦੱਸੋ ਲੁਕਾ ਸਾਹਿਬ, ਕੀ ਕਹੋਗੇ 24? ਕੁਛ ਨਹੀਂ, 2 ਮਿੰਟ ਹੈ ਹਲੇ, ਤਾਂ ਫਿਰ ਦੱਸਾਂਗੇ। ਨਹੀਂ, ਜੋ ਮਾਹੌਲ ਬਣਾ ਰਹੇ ਹੋ, ਮਾਹੌਲ ਵਧੀਆ, ਅਕਾਲੀ ਦਲ ਦੇ ਹੱਕ 'ਚ ਵਧੀਆ ਮਾਹੌਲ ਬਣਿਆ ਵਾ। ਉਹ ਉਹਨਾਂ ਤੋਂ ਸਵਾਲ ਪੁੱਛੋ, ਮੈਂ ਤਾਂ ਉਹਨਾਂ ਦੀ ਇੰਡੀਪੈਂਡੈਂਟ ਆ, ਉਹ ਕਿਹੜਾ ਬੱਚੇ ਆ, ਬਾਲਕ ਥੋੜ੍ਹਾ, ਉਹਨਾਂ ਨਾਲ ਗੱਲ ਕਰ ਰਹਾ। ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰ ਹੀ ਆ, ਹੁਣ ਕਿਹੜਾ ਬਾਹਰ ਆ ਮੈਂਬਰ ਹੀ। ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ, ਉਹ ਤਾਂ ਸਾਰਿਆਂ ਦੇ ਸਾਹਮਣੇ, ਜੇ ਕੋਈ ਲੁੱਕ ਲਪੇਟੀ ਤਾਂ ਗੱਲ ਹੈ ਨੀ ਗੀ, ਜੇ ਕਹੀਏ ਵੀ ਕੋਈ ਲੁੱਕ ਲਪੇਟੀ ਹੈ ਕਿਸੇ ਨੂੰ, ਜਾਂ ਤਾਂ ਕੋਈ ਸਾਡੇ ਕੋਲ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ਼ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ਼ ਸ਼ਿਕਾਇਤ ਆਉਂਦੀ, ਅਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਨਹੀਂ ਕਰਦਾ ਸ਼ਿਕਾਇਤ। ਨਹੀਂ, ਮੈਂ ਤਾਂ ਰੋਕਿਆ ਸੀ ਵੀ ਨਾ ਜਾਓ, ਲੱਗਿਆ ਵੀ ਬੱਚੇ ਦੀ ਮਰਜ਼ੀ ਹੈ। ਟਿਕਟ ਤਾਂ ਚਲੋ ਵੇਖੀ ਜਾਊ, ਦੇਣਗੇ ਨਹੀਂ ਦੇਣਗੇ ਕੀ ਕਰਨਗੇ ਪਤਾ ਨਹੀਂ, ਜਦੋਂ ਇਹ ਹਾਲਾਤ ਹੋਣਗੇ ਉਹੋ ਜਿਹੇ ਵੇਖਾਂਗੇ। ਆਜੂਗਾ ਸਮਾਂ, ਉਦੋਂ ਜਵਾਬ ਦੇਵਾਂਗੇ। ਤੁਸੀਂ ਖੁਦ ਮੌੜ ਮੰਡੀ ਦੇ ਹਲਕਾ ਇੰਚਾਰਜ ਸੀਗੇ, ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸਿੱਖ ਨਾ, ਕੋਈ ਗੱਲ ਨਹੀਂ, ਫਿਰ ਕੀ ਪਾਰਟੀ ਹੈ, ਭਾਵੇਂ ਕਿਸੇ ਨੂੰ ਚੇਂਜ ਕਰ ਸਕਦੇ ਆ। ਸੁਖਬੀਰ ਜੀ ਪ੍ਰਧਾਨ ਹੈ ਪਾਰਟੀ ਦੇ, ਮਾਲਕ ਨੇ, ਕਿਸੇ ਨੂੰ ਵੀ ਲਾ ਸਕਦੇ ਆ, ਉਹਨਾਂ ਦਾ ਅਧਿਕਾਰ ਹੈ ਇਹ, ਉਹਦੇ ਤੇ ਸਾਡਾ ਕਿੰਤੂ ਪਰੰਤੂ ਥੋੜ੍ਹਾ। ਕਿਤੇ ਨਾ ਕਿਤੇ ਇਹ ਨਹੀਂ ਗਾ ਜੀ, ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋਊਗੀ, ਕੋਈ ਪ੍ਰੋਬਲਮ ਦੇ ਨਾਲ ਸੱਚੇ ਸੱਚੇ ਪਾਤਸ਼ਾਹ ਨਾ ਪ੍ਰੋਬਲਮ ਖੜੀ ਕਰੇ, ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ, ਇੱਕ ਵਾਹਿਗੁਰੂ ਨਾਲ ਰਹੇ, ਬਾਕੀ ਸਭ ਠੀਕ ਹੈ। ਤੁਹਾਡੇ ਤੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ, ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉਦੋਂ ਕਰਿਓ,
ਮੈਂ ਕਿਹਾ ਸਵਾਲ ਉੱਦਾਂ ਕਰਿਓ, ਮੈਂ ਅਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਿਓ ਨਾ, ਐਵੇਂ ਮੈਨੂੰ ਭੇਜੀ ਜਾਂਦੇ ਮਤਲਬ ਮੱਲੀ ਤੁਸੀਂ। ਚੱਲ ਬਸ ਨੋ ਕਮੈਂਟ।